ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਚਾਰ ਨੌਜਵਾਨ ਗ੍ਰਿਫਤਾਰ। ਥਾਣਾ ਮੂਨਕ ਦੀ ਪੁਲਿਸ ਨੇ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਥਾਣਾ ਮੂਨਕ ਦੇ SHO ਬਲਜਿੰਦਰਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਤੋਂ ਲੁੱਟੇ ਹੋਏ ਮੋਬਾਈਲ ਅਤੇ ਪੈਸੇ ਵੀ ਬਰਾਮਦ ਹੋਏ ਹਨ। ਮੂਨਕ ਤੋਂ ਜੀਤ ਵੈਬ ਟੀਵੀ ਲਈ ਰਾਜਪਾਲ ਸਿੰਗਲਾ ਦੀ ਰਿਪੋਰਟ। ਇਹਨਾਂ ਦੇ ਜਿਹੜੀ ਆ ਇਹ ਨੌਜਵਾਨ ਨੇ ਕਾਲਜ ਦੇ ਵਿੱਚ ਸਕੂਲ 'ਚ ਪੜ੍ਹਦੇ ਆ ਔਰ ਉਹਨਾਂ ਦੀ ਸ਼ੁਰੂਆਤ ਇਨੀਸ਼ਲ ਸਟੇਜ ਆ। ਇਹ ਰਾਹਗੀਰ ਤੋਂ ਜਾਂਦਿਆਂ ਤੋਂ ਮੋਟਰਸਾਈਕਲ ਖੋਲ੍ਹਣਾ ਜਾਂ ਮੋਬਾਈਲ ਵਗੈਰਾ ਖੋਲ੍ਹਣਾ ਜਾਂ ਪੈਸੇ ਵਗੈਰਾ ਖੋਲ੍ਹਣਾ ਇਸ ਤਰ੍ਹਾਂ ਦੀ ਵਰਤੋਂ ਹੁੰਦੀ ਹੈ ਰੋਜ਼ਾਨਾ। ਅੱਜ ਤੋਂ ਹੁਣ ਤੱਕ ਜਿਹੜੀ ਪੁੱਛਗਿੱਛ ਆ ਉਹ ਤੋਂ ਆਇਆ ਕਿ ਇਹਨਾਂ ਨੇ ਛੋਟੀਆਂ ਛੋਟੀਆਂ ਚੋਰੀਆਂ ਕੀਤੀਆਂ ਵੱਡੇ ਲੈਵਲ 'ਤੇ ਜਿਹੜੀ ਹੈ ਪਹਿਲੀ ਇਹਨਾਂ ਦੀ ਵਰਤੋਂ ਸੀ ਅਤੇ ਉਹਦੇ 'ਚ ਇਹ ਜਿਹੜੇ ਆ ਪੁਲਿਸ ਨੇ ਸਾਡੇ ਨੇ ਬਹੁਤ ਮਿਹਨਤ ਕੀਤੀ ਹੋਈ ਸੀ ਥੋੜ੍ਹੇ ਪੁੱਛਗਿੱਛ ਦੋ ਮੋਬਾਈਲ ਮੋਟਰਸਾਈਕਲ।